ਇੱਥੇ ਕਵਿੰਦਰ ਗੁਪਤਾ ਜਦੋਂ ਵੋਟ ਲੈਣ ਆਏ ਨੇ ਉਹਨਾਂ ਨੇ ਆਖਿਆ ਕਿ ਇਹ ਪਿੰਡ ਨੂੰ ਅਸੀਂ ਗੋਦ ਲਵਾਂਗੇ, ਇਹ ਗਰੀਬ ਪਿੰਡ ਹੈ ਅਤੇ ਇਹਨੂੰ ਅਸੀਂ ਗੋਦ ਲਵਾਂਗੇ। ਗੋਦ ਲੈਣਾ ਜੀ ਕਿਤੇ ਦੀ ਗੱਲ, ਜਦੋਂ ਦੇ ਵੋਟ ਲੈਦੇ ਨੇ ਕਵਿੰਦਰ ਗੁਪਤਾ ਨੇ ਇੱਥੇ ਫੇਰਾ ਨਹੀਂ ਪਾਇਆ। 20 ਸਾਲ ਹੋਈ ਹੈ, 20-25 ਸਾਲ ਇਹ ਗਲੀ ਨਹੀਂ ਬਣੀ ਹੈ। 2-3 ਵਾਰੀ ਫੰਡ ਰਿਲੀਜ਼ ਹੋਇਆ ਔਰ ਲਾਸਟ ਵਿੱਚ ਦਿੰਦੇ ਨੇ 28-29 ਮਾਰਚ ਹੀ ਦਿੰਦੇ ਨੇ ਕਿ 31 ਤਰੀਕ ਤੱਕ ਇਹ ਗਲੀ ਕੰਪਲੀਟ ਕੀਤੀ ਜਾਏਗੀ। ਉਹ ਦਿੰਦੇ ਨੇ ਖਾਲੀ ਹੀ ਆ, ਭਲਾ ਨਾ ਕੰਮ ਹੋਏ ਨਾ ਕੁਛ, ਉਹ ਪੈਸਾ ਕਰਨੇ ਫਿਰ ਲੈਪਸ ਹੋ ਜਾਂਦਾ। ਮੈਂ ਗੌਰਮੈਂਟ ਅੱਗੇ ਇਹ ਅਪੀਲ ਕਰਾਂਗਾ ਕਿ ਜਿਹੜਾ ਵੀ ਕੋਈ ਪੈਸਾ ਪ੍ਰਧਾਨ ਮੰਤਰੀ ਵੱਲੋਂ ਆਉਂਦਾ ਉਹ ਪਿੰਡਾਂ ਦੇ ਵਿੱਚ ਦਿੱਤਾ ਜਾਂ ਪੰਚਾਇਤਾਂ ਦੇ ਵਿੱਚ, ਤਾਂ ਕਿ ਪੰਚਾਇਤਾਂ ਆਪਣੀਆਂ ਕੰਮ ਕਰ ਸਕਣ। ਮੈਂ ਸਰਪੰਚ ਕਸ਼ਮੀਰ ਸਿੰਘ, ਪੰਚਾਇਤ ਦੜਪ ਦਾ ਪਿੰਡ ਸ਼ੇਰਗੜ੍ਹ ਹੈ, ਜਿਹਦੀ ਗਲੀਆਂ ਦੀ ਬਹੁਤ ਮਾੜੀ ਹਾਲਤ ਹੈ। ਮੈਂ ਗੌਰਮੈਂਟ ਅੱਗੇ ਅਪੀਲ ਕਰਨਾ, ਸਭ ਤੋਂ ਪਹਿਲਾਂ ਤਾਂ ਸਾਡੇ PM ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਜਿਨ੍ਹਾਂ ਨੇ ਸਾਨੂੰ ਇੱਕ SC ਕੋਟੇ ਦਾ ਪੈਸਾ 20 ਲੱਖ ਰੁਪਇਆ ਇਸ ਪਿੰਡ ਵਾਸਤੇ ਦਿੱਤਾ। ਉਹ 20 ਲੱਖ ਜਿਹੜਾ ਪ੍ਰਧਾਨ ਮੰਤਰੀ ਗ੍ਰਾਮ ਆਦਰਸ਼ ਯੋਜਨਾ ਦਾ ਪੈਸਾ ਸੀ, ਜਿਹੜਾ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਨੇ ਦੜ੍ਹ ਪੰਚਾਇਤ ਨੂੰ ਦਿੱਤਾ, ਉਹਦਾ 10 ਲੱਖ ਰੁਪਇਆ ਸਾਡੇ ਕੋਲ DC ਤੋਂ ਅਪਰੂਵਲ ਹੋ ਕੇ ਆ ਗਈ, ਲੇਕਿਨ ਉਹਦਾ ਨਾ ਕੋਈ ਟੈਂਡਰ ਲੱਗਾ ਨਾ ਉਹਦਾ ਕੋਈ ਕੰਮ ਸ਼ੁਰੂ ਕਰਾਇਆ ਗੌਰਮੈਂਟ ਨੇ। ਮੈਂ ਗੌਰਮੈਂਟ ਅੱਗੇ ਇਹ ਅਪੀਲ ਕਰਾਂਗਾ ਕਿ ਜਿਹੜਾ ਵੀ ਕੋਈ ਪੈਸਾ ਪ੍ਰਧਾਨ ਮੰਤਰੀ ਵੱਲੋਂ ਆਉਂਦਾ ਉਹ ਪਿੰਡਾਂ ਦੇ ਵਿੱਚ ਦਿੱਤਾ ਜਾਂ ਪੰਚਾਇਤਾਂ ਦੇ ਵਿੱਚ, ਤਾਂ ਕਿ ਪੰਚਾਇਤਾਂ ਆਪਣੀਆਂ ਕੰਮ ਕਰ ਸਕਣ। ਇੱਥੇ ਰੋਜ਼ TV ਦੇ ਵਿੱਚ ਚੈਨਲਾਂ 'ਤੇ ਚੱਲਦਾ ਕਿ ਅਸੀਂ ਪੰਚਾਇਤਾਂ ਨੂੰ ਬਹੁਤ ਸਖਤ ਬਣਾ ਦਿੱਤੀਆਂ। 21 ਲੱਖ ਰੁਪਇਆ ਸਾਨੂੰ ਪੰਚਾਇਤ ਨੂੰ ਮਿਲਿਆ ਪਿਛਲੇ 3 ਸਾਲਾਂ ਦੇ ਵਿੱਚ। 21 ਲੱਖ ਦੇ ਵਿੱਚ ਅਸੀਂ ਕਿੰਨੇ ਕੁ ਪਿੰਡ ਦੇ ਕੰਮ ਕਰ ਸਕਦੇ ਹਾਂ? ਮੇਰੀ ਪੰਚਾਇਤ ਦੇ ਅੰਦਰ 5 ਪਿੰਡ ਆਉਂਦੇ ਨੇ, ਇੱਥੇ 2-2 ਲੱਖ ਵੀ ਪਿੰਡ ਦੇ ਵਿੱਚ ਨਹੀਂ ਆਇਆ। ਅੱਜ ਇਹ ਗਲੀ ਦੀ ਹਾਲਤ ਦੇਖ ਲਓ, ਇਹ ਲੋਕ ਇੰਨੇ ਪਰੇਸ਼ਾਨ ਹੈ, SC ਪਿੰਡ ਹੈ, ਔਰ ਅਸੀਂ ਇਹਨਾਂ ਨੂੰ ਝੂਠੇ ਵਾਅਦੇ ਕਰਕੇ ਵੀ ਅੱਜ ਪੈਸਾ ਮਿਲਦਾ, ਕੱਲ੍ਹ ਮਿਲਦਾ, ਅੱਜ ਮਿਲਦਾ, ਕੱਲ੍ਹ ਮਿਲਦਾ, ਲੇਕਿਨ ਅਜੇ ਤੱਕ ਸਾਨੂੰ ਪੈਸਾ ਨਹੀਂ ਆਇਆ। ਹੁਣ ਸੁਣਨ 'ਚ ਆਇਆ ਕਿ ਜਿਹੜਾ 10 ਲੱਖ ਸਾਨੂੰ ਅਪਰੂਵਲ ਮਿਲੀ DC ਸਾਹਿਬ ਕੋਲੋਂ, ਉਹ ਵੀ ਪੈਸਾ ਸਾਡਾ ਜਿਹੜਾ ਸੋਸ਼ਲ ਵੈਲਫੇਅਰ ਦੀ ਆਪਣੀ ਪ੍ਰਿੰਸੀਪਲ ਸੈਕਟਰੀ ਆ ਸ਼ੀਤਲ ਨੰਦਾ ਜੀ, ਉਹਨਾਂ ਨੇ ਉਹ ਵੀ ਵਾਪਸ ਕਰ ਲਿਆ, ਕਹਿੰਦੇ ਦੇਣਾ ਹੀ ਨਹੀਂ ਜੀ। ਹੁਣ ਮੈਂ ਗੌਰਮੈਂਟ ਅੱਗੇ ਅਪੀਲ ਕਰਾਂਗਾ ਕਿ ਵੱਧ ਤੋਂ ਵੱਧ ਪੈਸਾ ਜਾਂ ਤਾਂ ਪੰਚਾਇਤਾਂ ਨੂੰ ਦਿੱਤਾ ਜਾਏ ਜਾਂ PWD ਨੂੰ ਇਹ ਗਲੀਆਂ ਦਿੱਤੀਆਂ ਜਾਣ, ਜਿਹੜੇ ਰੋਡ ਨੇ ਸਾਡੇ ਇਹ ਬਣ ਜਾਣ ਅਤੇ ਸਾਡੇ ਲੋਕ ਜਿਹੜੇ ਸੁਖੀ ਹੋਣ, ਇਹਦੀ ਪ੍ਰੋਬਲਮ ਹੱਲ ਹੋ ਸਕੇ। ਸਾਡੀ ਗਲੀ ਦਾ ਮਸਲਾ, ਇਹ 20 ਸਾਲ ਹੋਈ ਹੈ, 20-25 ਸਾਲ ਇਹ ਗਲੀ ਨਹੀਂ ਬਣੀ ਹੈ। 2-3 ਵਾਰੀ ਫੰਡ ਰਿਲੀਜ਼ ਹੋਇਆ ਔਰ ਲਾਸਟ ਵਿੱਚ ਦਿੰਦੇ ਨੇ 28-29 ਮਾਰਚ ਹੀ ਦਿੰਦੇ ਨੇ ਕਿ 31 ਤਰੀਕ ਤੱਕ ਇਹ ਗਲੀ ਕੰਪਲੀਟ ਕੀਤੀ ਜਾਏ। ਉਹ ਦਿੰਦੇ ਨੇ ਖਾਲੀ ਹੀ ਆ, ਭਲਾ ਨਾ ਕੰਮ ਹੋਏ ਨਾ ਕੁਛ, ਉਹ ਪੈਸਾ ਕਰਨੇ ਫਿਰ ਲੈਪਸ ਹੋ ਜਾਂਦਾ। ਅਤੇ ਇਸ ਕਾਰਨ ਅਸੀਂ ਗੌਰਮੈਂਟ ਅੱਗੇ ਇਹੀ ਅਪੀਲ ਕਰਦੇ ਹਾਂ ਕਿ ਜਲਦ ਤੋਂ ਜਲਦ ਇਹ ਫੰਡ ਸਾਨੂੰ ਰਿਲੀਜ਼ ਹੋਏ। ਅਤੇ ਬੜੀ ਦਿੱਕਤ ਆਉਂਦੀ ਹੈ, ਬਾਰਡਰ ਤੱਕ ਲੋਕ ਇੱਧਰੋਂ ਲੰਘਦੇ ਨੇ, ਸਾਡੇ ਆਪੇ ਲੋਕਲ ਜਿਹੜੇ ਗ੍ਰਾਂ ਦੇ ਲੋਕ ਨੇ ਇਹ ਵੀ ਇੰਨੇ ਦੁਖੀ ਹੋਏ ਦੇਣਾ, ਪੈਦਲ ਲੰਘਣਾ ਮੁਸ਼ਕਿਲ ਹੋਈ ਜਾਂਦਾ, ਬਾਰਿਸ਼ ਆਏ ਬਿਲਕੁਲ ਲੰਘਣਾ ਇੱਥੋਂ ਮੁਸ਼ਕਿਲ ਹੈ, ਨਾ ਕੋਈ ਗੱਡੀ ਲੰਘਦੀ ਹੈ, ਨਾ ਬਾਈਕ, ਨਾ ਬੰਦੇ ਆਓ ਜਾਈ ਹੁੰਦੀ ਹੈ ਇੱਥੋਂ। ਅਤੇ ਜਲਦ ਤੋਂ ਜਲਦ ਬਣਾਈ ਜਾਏ, ਫੰਡ ਰਿਲੀਜ਼ ਕੀਤਾ ਜਾਏ। ਇੱਥੇ ਕਵਿੰਦਰ ਗੁਪਤਾ ਜਦੋਂ ਵੋਟ ਲੈਣ ਆਏ ਨੇ ਉਹਨਾਂ ਨੇ ਆਖਿਆ ਕਿ ਇਹ ਪਿੰਡ ਨੂੰ ਅਸੀਂ ਗੋਦ ਲਵਾਂਗੇ, ਇਹ ਗਰੀਬ ਪਿੰਡ ਹੈ ਅਤੇ ਇਹਨੂੰ ਅਸੀਂ ਗੋਦ ਲਵਾਂਗੇ। ਗੋਦ ਲੈਣਾ ਜੀ ਕਿਤੇ ਦੀ ਗੱਲ, ਜਦੋਂ ਦੇ ਵੋਟ ਲੈਦੇ ਨੇ ਕਵਿੰਦਰ ਗੁਪਤਾ ਨੇ ਇੱਥੇ ਫੇਰਾ ਨਹੀਂ ਪਾਇਆ। ਇਹ ਸਿਰਫ 20 ਸਾਲ ਪਹਿਲੇ ਰਮਨ ਭੱਲਾ ਦੇ ਟਾਈਮ 'ਤੇ ਬਣੀ ਹੈ, ਉਹਦੇ ਬਾਅਦ 'ਚ ਲਗਾਤਾਰ ਇਹ ਕਵਿੰਦਰ ਗੁਪਤਾ ਜਿੱਤਦੇ ਆਏ ਨੇ। ਅਤੇ ਮੈਨੂੰ ਮੇਰੇ ਖਿਆਲ ਜਿੰਨੇ ਰਮਨ ਭੱਲਾ ਉਹਨਾਂ ਨੂੰ ਵੋਟ ਉਹਦੇ ਨਾਲੋਂ ਜ਼ਿਆਦਾ ਕਵਿੰਦਰ ਗੁਪਤੇ ਨੂੰ ਗਏ ਨੇ, ਅਤੇ ਵਾਅਦਾ ਕਰਕੇ ਗਏ ਹਨ ਕਿ ਇਹ ਪਿੰਡ ਅਤੇ ਇਹ ਗਲੀ ਪਿੰਡ ਦੀ ਗੋਦ ਲੈਣ ਦੀ ਗੱਲ ਹੀ ਛੱਡੋ ਜੀ, ਇਹ ਤੁਸੀਂ ਲਾਈਵ ਵੀਡੀਓ ਉੱਥੋਂ ਤੱਕ ਬਣਾ ਲਿਓ ਅਤੇ ਗਲੀ ਕੀ ਹਾਲਤ ਹੈ। ਮੈਂ ਹੁਣ ਲੱਗੇ ਤਾਂ ਸਵੇਰੇ ਸਾਫ਼ ਕਰਨ, ਅਤੇ ਗਲੀ ਦੇ ਵਿੱਚ ਐਸਾ ਹਿਸਾਬ ਕਿਤਾਬ ਹੈ ਕਿ ਬਿਲਕੁਲ ਹੀ ਜਾਣਾ ਮੁਸ਼ਕਲ ਹੈ, ਇੰਨਾ ਚਿੱਕੜ ਹੋ ਜਾਂਦਾ, ਬੱਦਲ ਪੈਂਦਾ। ਅਤੇ ਇਹ ਹਿਸਾਬ ਸਾਡੀ ਵੀ ਗਲੀ ਦੀ ਜਲਦੀ ਦੀ ਜਲਦੀ ਸੁਣਵਾਈ ਕੀਤੀ ਜਾਏ। ਅਤੇ ਅੱਜ ਮੋਦੀ ਜੀ 24 ਨੂੰ ਆਉਣੇ ਵਾਲੇ ਨੇ, ਅਤੇ ਮੇਰੇ ਖਿਆਲ ਕਵਿੰਦਰ ਗੁਪਤਾ ਅਗਰ ਸੁਣ ਰਹੇ ਨੇ ਤਾਂ ਮੋਦੀ ਨੂੰ ਇਸ ਗਲੀ 'ਚ ਲਿਆਉਣ, ਜਿਹੜਾ ਮਾਡਲ ਦੇਸ਼ ਦਾ ਇੰਡੀਆ ਦਾ ਮੋਦੀ ਦੱਸਦੇ ਨੇ ਜੀ ਬੜੀ ਡਿਵੈਲਪ ਹੋਈ ਹੈ, ਇਹ ਗਲੀ ਤੋਂ ਪਤਾ ਲੱਗ ਜਾਏਗਾ ਕਿ ਜਿਹੜਾ ਉਹਦਾ ਗੋਦ ਲੈਣ ਵਾਲਾ MP ਦਾ ਪਿੰਡ ਸੀ ਉਹਦੀ ਗਲੀ ਦਾ ਕੀ ਹਾਲ ਹੈ। For more updates, do subscribe our YouTube channel and don't forget to hit the bell notification icon. And if you are watching this video on Facebook, do follow our Facebook page.